ਇਹ ਫੀਮ ਕਿੱਥੋਂ ਲੈ ਗਏ ਸੀ? ਮੈਂ ਇੱਥੋਂ ਦੁੱਬਣ ਖੇੜੀ ਤੋਂ ਬੰਦਾ ਦੇ ਕੇ ਜਾਂਦਾ ਜੀ। ਅੱਛਾ, ਪਹਿਲੇ ਵੀ ਲਏ ਹੋ ਕਿੰਨੀ ਵਾਰ? ਹਾਂਜੀ, ਮੈਂ ਖਾਨਾ ਜੀ ਪਹਿਲਾਂ ਵੀ ਦੇ ਕੇ ਜਾਂਦੇ ਨੇ। ਕਿੰਨੀ ਵਾਰ ਮੰਨ ਲਓ ਜੀ ਤੁਸੀਂ ਲੈ ਗਏ ਹੋ? ਕਈ ਵਾਰੀ ਲਈ ਹੈ ਜੀ, ਬਹੁਤ ਵਾਰੀ ਪਹਿਲਾਂ ਤੋਂ ਹੀ ਮੰਗਾਉਣਾ ਜੀ। ਇਸ ਸੰਬੰਧ ਵਿੱਚ ਮਾੜੇ ਅਨਸਰਾਂ ਦੇ ਸੰਬੰਧ ਵਿੱਚ ਸਾਡੇ ਮਾਣਯੋਗ SSP ਸਾਹਿਬ ਪਟਿਆਲਾ ਵੱਲੋਂ ਇੱਕ ਮਹਿਮਾ ਵਿੱਢੀ ਹੋਈ ਆ, ਜਿਸ ਸੰਬੰਧ ਵਿੱਚ ਜੋ ਮਾੜੇ ਅਨਸਰ ਜੋ ਨਸ਼ੇ ਦਾ ਧੰਦਾ ਕਰਦੇ ਨੇਗੇ, ਉਸ ਸੰਬੰਧੀ ਸਾਨੂੰ ਇੱਕ ਗੁਪਤ ਸੂਚਨਾ ਮਿਲੀ ਸੀਗੀ। ਭੀਮ ਸਿੰਘ ਆ ਜੋ ਛੰਨਾ ਦਾ ਰਹਿਣ ਵਾਲਾ ਅਤੇ ਉਹਦੇ ਫੀਮ ਵੇਚਣ ਦਾ ਕੰਮ ਕਰਦਾ ਸੀਗਾ, ਉਹ ਕੱਲ੍ਹ ਗਾਜੇਵਾਸ ਨਾਲੇ ਦੇ ਕੋਲ ਸਾਨੂੰ ਕਤਲਾ ਸੀ ਵੀ ਇੱਧਰ ਨੂੰ ਆ ਰਿਹਾ। ਉੱਥੇ ਨਾਕਾਬੰਦੀ ਮੇਰੇ ਚੌਂਕੀ ਇੰਚਾਰਜ SI ਕਸ਼ਮੀਰਾ ਸਿੰਘ ਵੱਲੋਂ ਕੀਤੀ ਹੋਈ ਸੀ। ਉਸ ਸੰਬੰਧ ਵਿੱਚ ਉਹਨੂੰ ਮੌਕੇ 'ਤੇ ਜਾ ਕੇ ਤੋਂ ਰਿਕਵਰ ਕੀਤੀ ਹੈ, ਉਹਦੇ ਕੋਲੋਂ 200 ਗ੍ਰਾਮ ਅਫੀਮ ਰਿਕਵਰ ਹੋਈ ਆ। ਅਤੇ ਬਾਕੀ ਅਸੀਂ ਇਸ ਸੰਬੰਧ ਵਿੱਚ ਹਲੇ ਸਾਡੀ ਤਫਤੀਸ਼ ਜਾਰੀ ਹੈ ਵੀ ਕਿੱਥੋਂ ਲੈ ਕੇ ਆਉਂਦੀ, ਕਿੱਥੇ ਵੇਚਦਾ ਸੀ। ਉਸ ਸੰਬੰਧੀ ਜਿਹੜੇ ਹੈਗੇ ਨੇ ਉਹ ਸਾਡਾ ਇਹਦਾ ਰਿਕਾਰਡ ਖੰਗਾਲਿਆ ਜਾ ਰਿਹਾ, ਜੋ ਵੀ ਹੋਊਗਾ ਤਾਂ ਅਸੀਂ ਉਸ ਸੰਬੰਧੀ ਜਲਦੀ ਹੋਰ ਕਾਰਵਾਈ ਕਰਦੇ ਹਾਂ।